ਜਿਹੜੇ ਬੱਚਿਆਂ ਨੇ ਪਲੱਸ ਟੂ ਭਾਵ 12 ਜਮਾਤਾਂ ਪਾਸ ਕਰ ਲਈਆਂ ਹੋਣ ਉਹਨਾਂ ਲਈ ਵਿਸ਼ੇਸ਼ ਸਾਧ ਸੰਗਤ ਦੀ ਰਿਆਇਤ ਰੱਖੀ ਗਈ ਹੈ ਕਿ ਦਮਦਮੀ ਟਕਸਾਲ ਦੇ ਹੈੱਡਕੁਆਟਰ 'ਤੇ ਗੁਰਮਤਿ ਪ੍ਰੋਫੈਸ਼ਨਲ ਕਾਲਜ ਆਫ ਦਮਦਮੀ ਟਕਸਾਲ। ਇਸ ਕਾਲਜ ਵਿੱਚ ਬੱਚਿਆਂ ਨੂੰ ਫਰੀ MA BA ਕਰਵਾਈ ਜਾਂਦੀ ਹੈ। 5 ਸਾਲ ਦਾ ਕੋਰਸ ਹੈ, ਨਾਲ ਗੁਰਮਤਿ ਦੀ ਵਿੱਦਿਆ ਪੜ੍ਹਾਈ ਜਾਂਦੀ ਹੈ। ਕਥਾ ਵਾਚਕ ਸ਼ੁੱਧ ਅਖੰਡ ਪਾਠੀ ਪ੍ਰਚਾਰਕ ਬਣਾਇਆ ਜਾਂਦਾ। ਕਿਸੇ ਤਰ੍ਹਾਂ ਦੀ ਕੋਈ ਸਾਧ ਸੰਗਤ ਦੀ ਭੇਟਾ ਨਹੀਂ ਲਈ ਜਾਂਦੀ। ਜਿਹੜੇ ਬੱਚੇ ਯੋਗ ਹਨ ਉਹਨਾਂ ਬੱਚਿਆਂ ਨੂੰ ਆਪਾਂ ਇਸ ਕਾਲਜ ਵਿੱਚ ਜ਼ਰੂਰ ਆਪਾਂ ਇਲਾਕੇ ਵਿੱਚੋਂ ਵੀ ਭਾਈ ਲਾਹ ਲੈਣ ਦਾ ਯਤਨ ਕਰੀਏ। ਔਰ ਜੂਨ ਵਿੱਚ ਦਾਖਲੇ ਸ਼ੁਰੂ ਹੁੰਦੇ ਆ, 3 ਸਾਲ ਹੋ ਗਏ ਇਸ ਸੰਸਥਾ ਨੂੰ ਚੱਲਦੀ ਨੂੰ। ਉਹਦੇ ਵਿੱਚ ਵੀ ਬੱਚਿਆਂ ਦੇ ਵੱਧ ਚੜ੍ਹ ਕੇ ਦਾਖਲੇ ਦਵਾਉਣੇ ਆ। ਆਪਾਂ ਕੌਮ ਦੇ ਪ੍ਰਚਾਰਕ ਆਪਣੇ ਬੱਚਿਆਂ ਨੂੰ ਬਣਾਈਏ ਤਾਂ ਕਿ ਦੁਨੀਆ ਭਰ ਵਿੱਚ ਆਪਣੇ ਬੱਚੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ, ਗੁਰੂ ਘਰ ਦੀ ਸੇਵਾ ਕਰਨ। ਇਹ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ।